ਮੈਂ ਨਾ ਵੀਰੇ ਨੂੰ ਰਿਕੁਐਸਟ ਕਰਾਂਗਾ ਕਿ ਉਹਨਾਂ ਦਾ ਇੱਕ ਗਾਣਾ ਜਿਹੜਾ ਆਇਆ ਸੀ, ਬੜਾ ਹਿੱਟ ਹੋਇਆ ਸੀਗਾ, ਉਹ ਸੁਣਾ ਦੇਣ। ਬਹੁਤ ਅੱਛਾ ਗਾਣਾ, ਬਹੁਤ ਘੈਂਟ ਗਾਣਾ। ਅਤੇ ਉੱਥੋਂ ਪਛਾਣ ਹੋਈ ਸੀ ਭਰਾ ਦੀ, ਅਤੇ ਸਾਡੇ ਏਰੀਏ ਦਾ ਨਾਂ ਵੀ ਉੱਥੋਂ ਹੀ ਨਵ ਦੌਲੋਰਾਈਆਂ। ਅਤੇ ਇਹ ਤੁਹਾਨੂੰ ਸੁਣਾਉਣਗੇ, ਲਓ ਜੀ। ਨਸ਼ਾ ਕਰਦਿਆਂ ਲੋਕ ਤੇ ਕਹੀ ਦੇਖੇ, ਅਸੀਂ ਕੀਤਾ ਵੀ ਏ ਪਰ ਅੱਖ ਵਾਲਾ ਸਾਡਾ ਯਾਰ ਬੋਤਲੀ ਉਹਦੀ ਰੂਹ ਦਾਰੂ, ਉਹ ਸਾਨੂੰ ਇੱਕ ਦਾ ਆਸਰਾ ਲੱਖ ਵਾਲਾ ਤੂੰ ਲਾਰੇ ਦੌੜੀ ਰਹੀ ਤੇ ਮੈਂ ਗਾਣੇ ਗਾਉਂਦਾ ਰਿਹਾ, ਤੂੰ ਜ਼ਿੰਦਗੀ ਜਿਉਂਦੀ ਰਹੀ ਤੇ ਮੈਂ ਦੁੱਖ ਹਟਾਉਂਦਾ ਰਿਹਾ। ਇਹਦੇ ਗਾਣਿਆਂ ਤੱਕ ਹੀ ਰਵੇ ਠੀਕ ਹੈ ਆਸਰਾ ਤੇ ਨਸ਼ਾ, ਜਦੋਂ ਘਰਾਂ ਦੇ ਵਿੱਚ ਵੜਦਾ ਤੂੰ ਘਰਾਂ ਦੇ ਘਰ ਤਬਾਹ ਕਰ ਦਿੰਦਾ। ਉਹ ਲੱਗੀ ਲਹਿਣ ਚਿੱਟੇ ਦੀ, ਇਹਦਾ ਅਖੀਰ ਕੀ ਹੁੰਦਾ, ਲੱਗੀ ਲਹਿਣ ਚਿੱਟੇ ਦੀ ਸਿਵਿਆਂ ਦੇ ਤੱਕ ਛੱਡ ਆਈ, ਉਹ ਬੜਾ ਭੈੜਾ ਸੀ ਉਹ ਝੂਟਾ ਇਸ਼ਕ ਹੁਦਾਰੇ ਦਾ, ਮਾਂ ਜਾਂਦੀ ਵਾਲ ਪੱਟੀਆ ਦੇਖ ਕੇ ਜਾਂਦਾ ਮੜੀਆਂ ਨੂੰ, ਪਿਓ ਨੇ ਹੱਥੀ ਮਾਰਿਆ ਸਿਵਾਏ ਪੁੱਤ ਗਵਾਰੇ ਦਾ। ਉਹ ਲੱਗੀ ਦਹਿਨ ਚਿੱਟੇ ਦੀ, ਉਹ ਲੱਗੀ ਦਹਿਨ ਚਿੱਟੇ ਦੀ, ਇਹਦਾ ਅਖੀਰ ਇਹੀ ਹੁੰਦਾ। ਇੱਕ ਬੰਦਾ ਸੀ, ਉਹਨੇ ਘਰ ਦੀਆਂ ਛੱਤਾਂ ਦੇ ਗਾਟਰ ਲਾ ਕੇ ਲਈ ਤੇ ਚਿੱਟੇ ਨੇ ਮੇਰਾ ਘਰ ਪੱਟਦਾ ਪਗਾਉਣੇ ਨਹੀਂ ਨੀ ਮੈਂ ਕੌਤੀ ਹੋਇਆ ਗੜ ਮਣ ਲਾਉਂਦਾ ਨਹੀਂ,
ਦਰਦ ਵਡਾਉਂਦਾ ਹੁਣ ਤੇਰੇ ਵਾਜੋ ਦਿਲ ਦੇ ਜ਼ਖਮਾਂ ਨੂੰ ਅਸੀਂ ਜ਼ਖਮਾਂ ਨੂੰ ਉਕਲ ਸੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਸਜਣਾ ਖੇੜੇ ਤੋਂ ਕਰਾਂਗੇ ਉੱਥੇ ਆਓ ਉੱਥੇ ਆ ਜਾਓ ਥੋੜ੍ਹਾ ਤੇਲ ਵੀ ਖਰਚੋ ਨਾ ਥੋੜ੍ਹਾ ਜਿਹਾ ਨਹੀਂ ਫ੍ਰੀ ਸਾਰਾ ਕੁਛ ਅਤੇ ਆਪਣਾ ਕੀ ਉਹਨੂੰ ਕਹਿੰਦੇ ਆ ਜਿਹੜੀ ਕੋਈ ਵੀ ਗਲਤੀ ਗੁਸਤਾਖੀ ਹੋ ਗਈ ਹੋਵੇ ਮੈਨੂੰ ਮਾਫ਼ ਕਰਨਾ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਲਓ ਜੀ